ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਉੱਤੇ ਆਧਾਰਿਤ ਫਿਲਮ ਸਰਾਭਾ ਜਿਹੜੀ 3 ਨਵੰਬਰ ਨੂੰ ਰਿਲੀਜ਼ ਹੋਣੀ ਸੀ ਉਸ ਉੱਤੇ ਭਾਰਤ ਦੇ ਵਿੱਚ ਰੋਗ ਲੱਗ ਗਈ ਆ ਇਹ ਰੋਗ ਕਿਉਂ ਲੱਗੀ ਇਹ ਰੋਗ ਕਿ ਪੱਕੇ ਤੌਰ ਤੇ ਲੱਗੀ ਆ ਇਹ ਸਾਰੀ ਗੱਲ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਦੋਂ ਇਹ ਫਿਲਮ ਬਣਾਉਣ ਵਾਲਿਆਂ ਨੇ ਆਪਦੀ ਫਿਲਮ ਸੈਂਸਰ ਬੋਰਡ ਕੋਲੇ ਭੇਜੀ ਪਹਿਲਾਂ ਤਾਂ ਸੈਂਸਰ ਬੋਰਡ ਵਾਲਿਆਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਨਾ ਫਿਲਮ ਪਾਸ ਕੀਤੀ ਗਈ ਨਾ ਫਿਲਮ ਫੇਲ ਕੀਤੀ ਗਈ ਬਾਰ ਬਾਰ ਲੈਟਰ ਪਾਉਣ ਤੋਂ ਬਾਅਦ ਬਿਲਕੁਲ ਲਾਸਟ ਤੇ ਜਦੋਂ 3 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਵਾਲੀ ਸੀ ਉਹਦੇ ਤੋਂ 2-3 ਦਿਨ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਵਾਲਿਆਂ ਨੂੰ ਕੁਝ ਕੁ ਸੀਨ ਕੱਟਣ ਲਈ ਕਿਹਾ ਮਤਲਬ ਜਦੋਂ ਤੱਕ ਇਸ ਫਿਲਮ ਵਿੱਚ ਕੁਝ ਕੁ ਸੀਨ ਬਦਲੇ ਨਹੀਂ ਜਾਂਦੇ ਜਾਂ ਕੁਝ ਕੁ ਕੱਟ ਨਹੀਂ ਲਾਏ ਜਾਂਦੇ ਉਦੋਂ ਤੱਕ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਫਿਲਮ ਨੂੰ ਬਣਾਉਣ ਵਾਲੇ ਕਵੀ ਰਾਜ ਉਹਨਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਹੈ ਕਿ ਸੈਂਸਰ ਬੋਰਡ ਦੇ ਮੁਤਾਬਿਕ ਜਿਹੜੇ ਸੀਨ ਕੱਟੇ ਜਾਣੇ ਚਾਹੀਦੇ ਹਨ ਜਿਹੜੇ ਕੱਟ ਲੱਗਣੇ ਚਾਹੀਦੇ ਹਨ ਉਹਨਾਂ ਨੂੰ ਸੈਂਸਰ ਬੋਰਡ ਦੇ ਮੁਤਾਬਿਕ ਹੀ ਕੱਟਿਆ ਜਾ ਰਿਹਾ ਹੈ ਤੇ ਬਾਅਦ ਵਿੱਚ ਇਹ ਫਿਲਮ ਨੂੰ ਦੁਬਾਰਾ ਸਬਮਿਟ ਕੀਤਾ ਜਾਊਗਾ ਸੈਂਸਰ ਬੋਰਡ ਨੂੰ ਤੇ ਸੈਂਸਰ ਬੋਰਡ ਫੇਰ ਤੋਂ ਇਸ ਫਿਲਮ ਨੂੰ ਦੇਖੂਗਾ ਤੇ ਇਹਨੂੰ ਪਾਸ ਜਾਂ ਫੇਲ ਕਰੂਗਾ ਤੇ ਇਹਦੀ ਸਾਰੀ ਗੱਲ ਦੇ ਸੱਟੇ ਵੱਜੋ ਹੋਊਗਾ ਕੀ ਕੀ ਇਹ ਫਿਲਮ 3 ਨਵੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਜਦੋਂ ਤੱਕ ਸੈਂਸਰ ਬੋਰਡ ਇਹ ਫਿਲਮ ਨੂੰ ਪਾਸ ਨਹੀਂ ਕਰੂਗਾ ਉਦੋਂ ਤੱਕ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਹਾਲਾਂਕਿ ਬਾਹਰਲੇ ਮੁਲਕਾਂ ਵਿੱਚ ਇਹ ਫਿਲਮ 3 ਨਵੰਬਰ ਨੂੰ ਹੀ ਰਿਲੀਜ਼ ਹੋਵੇਗੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਫਿਲਮ ਉੱਤੇ ਕੋਈ ਪੱਕਾ ਬੈਨ ਨਹੀਂ ਲੱਗਿਆ ਸੈਂਸਰ ਬੋਰਡ ਨੇ ਕੁਝ ਕੁ ਸੀਨ ਕੱਟਣ ਲਈ ਕਿਹਾ ਇਹ ਫਿਲਮ ਆਧਾਰਿਤ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੇ ਉੱਤੇ ਨਾਲ ਹੀ ਇਸ ਫਿਲਮ ਵਿੱਚ ਹੋਰ ਵੀ ਕਈ ਇਤਿਹਾਸਿਕ ਕਿਰਦਾਰ ਹਨ ਜਿਵੇਂ ਗਲਬਕੌਰ ਸਰਦਾਰ ਬਸਾਕਾ ਸਿੰਘ ਹਰਨਾਮ ਸਿੰਘ ਟੁੰਡੀਲਾ ਪੰਡਿਤ ਕਾਂਸੀ ਰਾਮ ਐਵੇਂ ਦੇ ਆਪਾਂ ਕਈ ਕਿਰਦਾਰ ਕਈ ਇਤਿਹਾਸਿਕ ਕਿਰਦਾਰ ਇਸ ਫਿਲਮ ਵਿੱਚ ਦੇਖਾਂਗੇ ਗਦਰੀ ਬਾਬਿਆਂ ਦਾ ਇਤਿਹਾਸ ਵੀ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗਾ ਪਰ ਇਹ ਫਿਲਮ ਜਿਹੜਾ ਮੇਨ ਫੋਕਸ ਕਰੂਗੀ ਉਹ ਕਰੂਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੇ ਉੱਤੇ ਹੁਣ ਦੇਖਦੇ ਆਂ ਇਹ ਫਿਲਮ ਕਦੋਂ ਭਾਰਤ ਦੇ ਵਿੱਚ ਰਿਲੀਜ਼ ਹੁੰਦੀ ਆ ਤੇ ਇਸ ਫਿਲਮ ਨੂੰ ਕਿਵੇਂ ਹੰਗਾਰਾ ਮਿਲਦਾ ਸੋਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਫਿਲਮ ਨੂੰ ਜਰੂਰ ਆਪਦੇ ਸਿਨੇਮਾ ਘਰਾਂ ਵਿੱਚ ਦੇਖਣ ਜਾਇਓ ਅਗਲੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ